गुरु कृपा करियो जी, ए मन नहीं मनदा मेरा कहना। गुरु कृपा करियो जी, ए मन नहीं मनदा मेरा कहना। चोरा ते ठगा नाल, चोरा ते ठगा नाल, इस दा हो गया उठना बैना। गुरु कृपा करियो जी। और साडा मेन विशा जेड़ा असी साझा करना सी वो यही है कि एक पासे तां तुसी किरत कर रहे हो, दूजे पासे कुछ लोग अजिहे भी है जेड़े लोग लग्जरी जिंदगी जींदे है, गड्डियां पट्टियां पट्टियां, कोठियां पट्टियां पट्टियां पा लईयां। उपदेश उपदेश है जेड़े स्टेजां पर उहनां दे वड्डे वड्डे हुंदे है, लच्छेदार जिहड़ी है उहनां दी स्पीच हुंदी है, पर जे ग्राउंड जीरो तो देखिया जावे तां किरत किते मेरा ख्याल नेड़े तेड़े भी हुंदी नहीं। किरत करनी, अरे बैठो तुसी बैठो, नाम जपना बंद के छकना, ये गुरु साहब दा सिद्धांत है। सानू सारयां नूं उद्यम करना चाहिए, मेहनत करनी चाहिए, धोखा धड़ियां ठगियां चोरियां जारियां नहीं करनी चाहिए। एजेंटां दी तुसी गल कीती सी, गल ओह की है? ओह एजेंटां दी गल एदां भी कई बाबे बन के एजेंट बन के पैसा इकट्ठे करी जा रहे है, ते लोग बेचारे बाहर जाण दी इच्छा हरेक दे अंदर हुंदी है, असी जाइए असी पता नहीं उत्थे जाके की कर देना, असी तां सारा घूम के आए हां उत्थे। अच पंजाब दा टीवी देख रहे सारे दर्शकां दा बहुत बहुत स्वागत है। दोस्तों असी खड़े हां इस टाइम जिहड़ी नूरपुर बेदी तों बुरज बेले दे विचों हो करके सड़क आनंदपुर साहिब नूं जांदी है। अचानक साडा मन इत्थे कीता खड़न नूं क्योंकि अज तुहानूं इक असी खास चीज है जिहड़ी ਉਹ ਦੱਸਣ ਜਾ ਰਹੇ ਹਾਂ, ਕਿਉਂਕਿ ਇਸ ਪਿੰਡ ਦਾ ਇੱਕ ਇਹੋ ਜਿਹਾ ਸ਼ਖਸ ਹੈ ਜਿਹਦਾ ਨਾਮ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਹੈ, ਵੱਡੇ ਕੀਰਤਨੀਏ ਨੇ ਔਰ ਕਥਾਵਾਚਕ ਨੇ, ਔਰ ਉਹ ਆਪ ਕਿਰਤ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਜਿਹੜੇ ਮੂਲ ਸੁਧਾਰ ਨੇ ਗੁਰੂ ਨਾਨਕ ਸਾਹਿਬ ਦੇ ਉਹ ਤਿੰਨ ਨੇ ਖੜਕੇ ਜਿਹਦੇ ਵਿੱਚ ਕਹਿ ਸਕਦੇ ਹਾਂ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸਭ ਤੋਂ ਪਹਿਲਾਂ ਕਿਰਤ, ਕਿਆ ਕਿਰਤ ਬੰਦਾ ਕਰਦਾ ਹੈ ਔਰ ਜ਼ਿੰਦਗੀ ਹੈ ਜਿਹੜੀ ਸੁਖਾਲੀ ਵੀ ਉਹ ਜੀ ਸਕਦਾ ਬੰਦਾ, ਪਰ ਉਹ ਸ਼ਖਸ ਕਿਰਤ ਕਰਦਾ ਦਿਖਾਈ ਦੇ ਰਿਹਾ ਸੀ। ਕੱਲ ਵੀ ਇਸ ਰਸਤੇ ਤੋਂ ਗਏ ਸੀ, ਅੱਜ ਵੀ ਲੰਘੇ ਆ, ਫਿਰ ਗੱਡੀ ਅਸੀਂ ਰੋਕੀ ਹੈ, ਅਸੀਂ ਕਿਹਾ ਅੱਜ ਸਪੈਸ਼ਲ ਉਹਨਾਂ ਨੂੰ ਮਿਲਦੇ ਹਾਂ। ਸਾਹਮਣੇ ਨੇ ਭਾਈ ਜਸਵੀਰ ਸਿੰਘ ਖਾਲਸਾ, ਸ੍ਰੀ ਅਨੰਦਪੁਰ ਸਾਹਿਬ ਬੁਰਜ ਵਾਲੇ ਜਿਹੜੇ ਹੈ ਉਹ ਆਪ ਕਿਰਤ ਕਰ ਰਹੇ ਹੈ, ਨਾਲ ਪਾਰਟੀ ਕਰ ਰਹੇ ਹੈ ਕਿਉਂਕਿ ਪਾਰਟੀ ਦਾ ਸੀਜ਼ਨ ਚੱਲ ਰਿਹਾ ਹੈ, ਔਰ ਵਧਾਈ ਕਰ ਰਹੇ ਹੈ, ਕਣਕ ਦੀ ਕਟਾਈ ਕਰ ਰਹੇ ਹੈ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਨਹੀਂ ਤਾਂ ਆਮ ਤੌਰ ਤੇ ਲਗਜ਼ਰੀਆਂ ਜ਼ਿੰਦਗੀ ਹੈ ਜਿਹੜੀ ਉਹ ਲੋਕ ਜਿਉਂਦੇ ਹੈ ਜਿਨ੍ਹਾਂ ਦੇ ਕੋਲ ਵੱਡੀਆਂ ਜ਼ਮੀਨਾਂ ਵੀ ਹੁੰਦੀਆਂ, ਔਰ ਖਾਸ ਕਰ ਜਿਹੜੇ ਇਹ ਕਈ ਕਥਾਵਾਚਕ ਨੇ, ਔਰ ਇਹੋ ਜਿਹਾ ਮਾਹੌਲ ਵੀ ਹੁੰਦਾ ਹੈ। ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕਮਲਦੀਪ ਸਿੰਘ ਸੈਣੀ ਸਾਹਿਬ, ਕਿਆ ਹਾਲ ਹੈ ਤੁਹਾਡਾ? ਬਸ ਠੀਕ ਹੈ ਬਾਬਾ ਜੀ, ਤੁਸੀਂ ਸੁਣਾਓ ਕਿੱਦਾਂ? ਠੀਕ ਹੈ ਸਭ? ਤੁਸੀਂ ਮੈਨੂੰ ਬਾਬਾ ਜੀ ਨਹੀਂ ਕਹਿਣਾ? ਹਾਂਜੀ, ਪਹਿਲੀ ਤਾਂ ਬੇਨਤੀ ਹੈ ਮੈਨੂੰ ਬਾਬਾ ਜੀ ਨਹੀਂ ਕਹਿਣਾ। ਹਾਂਜੀ, ਅਸੀਂ ਭਰਾ ਹੈ। ਠੀਕ ਹੈ ਜੀ। ਮਹਾਰਾਜ ਨੇ ਗੁਰਬਾਣੀ ਵਿੱਚ ਵੀ ਸਾਨੂੰ ਆਖਿਆ ਬਈ ਇੱਕ ਪਿਤਾ ਇੱਕ ਸੇ ਹਮ ਬਾਰਕ, ਇੱਥੇ ਖੜ ਜਾਂਦੇ ਤੂੰ ਮੇਰਾ ਗੁਰੂ ਹੈ। ਅੱਛਾ ਬਈ ਇੱਕੋ ਮੇਰਾ ਪਿਤਾ ਹੈ, ਉਹ ਸਾਰੇ ਜਗਤ ਦੀ ਇੱਕੋ ਹੀ ਮਾਤਾ ਹੈ, ਅਸੀਂ ਸਾਰੇ ਭਰਾ ਭਰਾ ਹੈ। ਸਾਡਾ ਮਨ ਕੀਤਾ ਕਿਉਂਕਿ ਅਸੀਂ ਇਸ ਰਸਤੇ ਤੋਂ ਲੰਘ ਰਹੇ ਸੀ, ਮੈਂ ਕੱਲ ਵੀ ਤੁਹਾਨੂੰ ਦੇਖ ਰਿਹਾ ਸੀ ਵਧਾਈ ਕਰਦੇ, ਤੇ ਅੱਜ ਵੀ ਫਿਰ ਮਨ ਕੀਤਾ ਵੀ ਕਿਉਂਕਿ ਜਦੋਂ ਲੰਘੇ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਗੱਲ ਕੀਤੀ ਜਾਵੇ, ਕਿਉਂਕਿ ਜਿਹੜਾ ਮਾਹੌਲ ਬਣਿਆ ਹੋਇਆ ਹੈ ਆਮ ਅਸੀਂ ਦੇਖਦੇ ਹਾਂ ਲੋਕ ਹੈ ਜਿਹੜੇ ਬਾਬਾ ਜੀ ਦੇ ਤਿੰਨ ਮੂਲ ਸਿਧਾਂਤ ਹੈ ਗੁਰੂ ਨਾਨਕ ਦੇਵ ਜੀ ਬਾਬਾ ਜੀ ਦੇ ਜਿਹੜੇ ਹੈ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਪਰ ਜ਼ਿਆਦਾਤਰ ਲੋਕ ਹੈ ਜਿਹੜੇ ਉਹ ਲਗਜ਼ਰੀ ਜ਼ਿੰਦਗੀ ਹੈ ਜਿਹੜੀ ਉਹ ਜੀ ਰਹੇ ਆ, ਖਾਸ ਕਰਕੇ ਉਹ ਜਿਹੜੇ ਕਥਾ ਵਾਚਕ ਨੇ। ਕੁਛ ਮੈਂ ਨਾ ਪਾਰਟੀਕੁਲਰ ਕਿਸੇ ਦਾ ਨਹੀਂ ਲੈਣ ਲੱਗਿਆ, ਜਾਂ ਕੁਛ ਕੀਰਤਨੀਏ ਨੇ ਜਿਹੜੇ ਉਹ ਔਰ ਉਹ ਕਿਰਤ ਉਹਨਾਂ ਦੀ ਕਿਤੇ ਦਿਖਦੀ ਨਹੀਂ ਕਿ ਉਹ ਕਿਰਤ ਵੀ ਕਿਤੇ ਕਰਦੇ ਆ, ਤਾਂ ਤੁਸੀਂ ਕਿਰਤ ਕਰਦੇ ਆ ਸਾਨੂੰ ਚੰਗਾ ਲੱਗਿਆ, ਔਰ ਤੁਸੀਂ ਇਹਦੇ ਬਾਰੇ ਅੱਜ ਅਸੀਂ ਕਿਹਾ ਕਿ ਵਿਚਾਰ ਤੁਹਾਡੇ ਨਾਲ ਕੋਈ ਨਾ ਕੋਈ ਸਾਂਝੀ ਕਰੀਏ।
ਕੀ ਕਹਿਣਾ ਤੁਹਾਡਾ ਇਸ ਮਸਲੇ ਬਾਰੇ? ਅਸੀਂ ਤਾਂ ਪਹਿਲਾਂ ਇਹ ਕਹਿੰਦੇ ਹਾਂ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਸੈਣੀ ਸਾਹਿਬ, ਉਹ ਫਲਸਫਾ ਇਹ ਕਹਿੰਦਾ ਹੈ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰਬਾਣੀ ਦਾ ਫਰਮਾਨ ਹੈ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪਹੁੰਚੋ, ਤੇ ਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚੰਨ। ਵੀ ਜਦੋਂ ਵੀ ਤੂੰ ਜ਼ਿੰਦਗੀ 'ਚ ਜੀਣਾ, ਉੱਦਮ ਕਰਕੇ ਜੀਣਾ, ਮਿਹਨਤ ਕਰਨੀ, ਪਰਾਇਆ ਹੱਕ, ਪਰਾਏ ਆਪਾਂ ਧਨ ਪਦਾਰਥਾਂ 'ਤੇ ਆਪਾਂ ਨਿਗਾਹ ਨਹੀਂ ਲੈ ਕੇ ਜਾਣੀ। ਆਪਾਂ ਕਿਤੇ ਬੈਠ ਜਾਈਏ ਦੋ ਮਿੰਟ ਏਦਾਂ? ਕੋਈ ਨਹੀਂ, ਅਸੀਂ ਤੁਹਾਨੂੰ ਆਪ ਬਿਠਾ ਲਾ, ਤੁਸੀਂ ਸਾਡੇ ਕੋਲ ਆਏ ਆ, ਕੋਈ ਨਹੀਂ। ਮੈਨੂੰ ਬੜਾ ਚੰਗਾ ਲੱਗਿਆ ਕਿ ਅੱਜ ਸੱਚ ਪੰਜਾਬ ਦਾ ਟੀਵੀ ਸਾਡੇ ਵਿਹੜੇ ਦੇ ਵਿੱਚ ਆਇਆ। ਸੋ ਅਸੀਂ ਇਸ ਸੱਚ ਪੰਜਾਬ ਦੇ ਟੀਵੀ ਦਾ ਜੀ ਆਇਆਂ ਕਰਦੇ ਹਾਂ। ਸਾਨੂੰ ਮਾਣ ਆ ਤੁਹਾਡੇ 'ਤੇ, ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰਦੇ। ਅਸੀਂ ਸੋਸ਼ਲ ਮੀਡੀਆ ਦੇ ਵਿੱਚ ਰਹੀਦਾ, ਚਰਚਿਤ ਕੀਰਤਨ ਸਾਡੇ ਚੱਲਦੇ ਰਹਿੰਦੇ ਆ। ਗੁਰੂ ਸਾਹਿਬ ਦੀ ਬੜੀ ਕਿਰਪਾ, ਬੈਠੋ ਤੁਸੀਂ ਪਹਿਲਾਂ ਜਲ। ਬਹੁਤ ਬਹੁਤ ਧੰਨਵਾਦ ਹੈ। ਨਹੀਂ ਕੋਈ ਗੱਲ ਨੀ, ਤੁਸੀਂ ਨਾ ਤੁਸੀਂ ਕੰਮ ਕਰਕੇ ਆਏ ਆ, ਜਲ ਤੁਸੀਂ ਅਸੀਂ ਛਕ ਲੈਣਾ, ਜਲ ਛਕੋ ਪਲੀਜ਼। ਦੇਖੋ ਬਾਬਾ ਜੀ ਨੇ ਥੋੜੇ ਰੱਖਿਆ ਹੋਇਆ ਪ੍ਰਬੰਧ ਵੀ ਆਪਣਾ, ਨਾਲੇ ਆ ਸਰਾਣਾ ਮੇਰਾ ਕਿਲਾ ਆਰਾਮ ਕਰਨ ਵਾਸਤੇ ਨਾਲ ਪ੍ਰਬੰਧ ਪੱਕਾ ਰੱਖਿਆ ਹੋਇਆ ਕੋਲੇ। ਹੈ ਕਿਰਤ ਕਰਨੀ, ਨਾਮ ਜਪਣਾ, ਅੱਜ ਬੈਠੋ ਤੁਸੀਂ, ਕਿਰਤ ਕਰਨੀ, ਅੱਜ ਬੈਠੋ ਤੁਸੀਂ, ਬੈਠੋ, ਨਾਮ ਜਪਣਾ, ਵੰਡ ਕੇ ਛਕਣਾ, ਇਹ ਗੁਰੂ ਸਾਹਿਬ ਦਾ ਸਿਧਾਂਤ ਹੈ। ਸਾਨੂੰ ਸਾਰਿਆਂ ਨੂੰ ਉੱਦਮ ਕਰਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ, ਧੋਖਾ ਧੜੀਆਂ ਠੱਗੀਆਂ ਚੋਰੀਆਂ ਜਾਰੀਆਂ ਨਹੀਂ ਕਰਨੀ ਚਾਹੀਦੀਆਂ। ਹੁਣ ਦੇਖੋ ਮੈਂ ਕਿਰਤ ਕਰਕੇ ਆਪਣੇ ਜੀਵਨ ਦਾ ਬੜੀ ਚਲਦੀ ਕਰਾ ਦੇ ਨਾਲ ਨਿਰਵਾਹ ਕਰ ਰਿਹਾ, ਨਾਲ ਕੀਰਤਨ ਕਰੀ ਜਾਈਦਾ, ਨਾਲ ਆਪਣੀ ਕਿਰਤ ਕਰੀ ਦੀ, ਹੱਥੀ ਕਿਰਤ ਕਰੀ ਦੀ ਹੈ, ਹੱਥੀ ਫਸਲ ਬੀਜਣੀ, ਹੱਥੀ ਆਪ ਨਾਲ ਹੋ ਕੇ ਵੱਢਣੀ ਹੈ। ਇਉਂ ਨਹੀਂ ਬਈ ਜਿੱਦਾਂ ਅੱਜ ਕੱਲ੍ਹ ਦੇ ਨੌਜਵਾਨ ਲੱਭਦੇ ਫਿਰਦੇ ਆ ਲੇਬਰਾਂ, ਵੀ ਲੇਬਰ ਮਿਲ ਜੇ, ਸਾਨੂੰ ਆਪ ਕਰ ਲੈਣਾ ਚਾਹੀਦਾ। ਆਪ ਕੰਮ ਕਰਨ ਦੇ ਨਾਲ ਸੈਣੀ ਸਭ ਕੋਈ ਮਾੜਾ ਨਹੀਂ ਹੁੰਦਾ, ਠੀਕ ਹੈ। ਸੋ ਇਸ ਕਰਕੇ ਸਾਨੂੰ ਆਪ ਮਿਹਨਤ ਕਰਨੀ ਚਾਹੀਦੀ। ਲੇਬਰ ਦੀ ਤਾਂ ਲੋੜ ਪੈਂਦੀ ਵੀ ਹੈ ਜ਼ਿਆਦਾ, ਜਦੋਂ ਲੋੜ ਹੈ ਜ਼ਮੀਨ ਜ਼ਿਆਦਾ ਹੈ, ਜਿਵੇਂ ਤੁਹਾਡੇ ਕੋਲ ਵੀ ਆ ਜ਼ਮੀਨ ਜ਼ਿਆਦਾ ਹੈ, ਲੇਬਰ ਕੁਛ ਹੈ ਪਰ ਨਾਲ ਕੰਮ ਕਰ ਰਹੇ ਹੈ, ਪਰ ਅੱਜ ਕੱਲ੍ਹ ਤਾਂ ਲੋਕ ਜ਼ਿਆਦਾਤਰ ਕੰਮ ਛੱਡੇ ਗਏ ਹੈ। ਖਾਸ ਤੌਰ ਤੇ ਤੁਹਾਡੇ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਤਾਂ ਲਗਜ਼ਰੀ ਜ਼ਿੰਦਗੀ ਹੈ, ਜੋ ਬੜਬੜੀਆਂ ਗੱਡੀਆਂ ਲੋਕਾਂ ਦੇ ਕੋਲ ਹੈ, ਕਿਰਤ ਕਿਤੇ ਉਹਨਾਂ ਦੀ ਜਿਹੜੀ ਹੈ ਦਿਖਾਈ ਨਹੀਂ ਦਿੰਦੀ। ਮੈਂ ਖਾਸ ਤੌਰ ਤੇ ਉਸ ਪਹਿਲੂ ਤੇ ਆਉਣਾ ਚਾਹੁੰਦਾ, ਖਾਸ ਤੌਰ ਤੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਸਾਡਾ ਜਿਹੜਾ ਇਹਨਾਂ ਦੇ ਕੋਲ ਮਕਸਦ ਹੈ ਉਹ ਇਸ ਤਰ੍ਹਾਂ ਇਹ ਹੈ ਕਿ ਇਹ ਸਿੱਖ ਧਰਮ ਦੇ ਵਿੱਚ ਕਥਾਵਾਚਕ ਨੇ ਤੇ ਕੀਰਤਨ ਕਰਦੇ ਨੇ, ਇਲਾਕਾ ਸਾਰਾ ਜਾਣਦਾ, ਜ਼ਿਲ੍ਹਾ ਰੋਪੜ ਜਾਣਦਾ ਹੈ, ਜਸਵੀਰ ਸਿੰਘ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਕਰਕੇ ਇਹਨਾਂ ਨੂੰ ਲੋਕ ਜਾਣਦੇ ਹੈ। ਔਰ ਸਾਡਾ ਮੇਨ ਵਿਸ਼ਾ ਜਿਹੜਾ ਅਸੀਂ ਸਾਂਝਾ ਕਰਨਾ ਸੀ ਉਹ ਇਹੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਕਿਰਤ ਕਰ ਰਹੇ ਹੋ, ਦੂਜੇ ਪਾਸੇ ਕੁਛ ਲੋਕ ਅਜਿਹੇ ਵੀ ਹੈ ਜਿਹੜੇ ਲੋਕ ਲਗਜ਼ਰੀ ਜ਼ਿੰਦਗੀ ਜੀਂਦੇ ਹੈ, ਗੱਡੀਆਂ ਵੱਡੀਆਂ ਵੱਡੀਆਂ, ਕੋਠੀਆਂ ਵੱਡੀਆਂ ਵੱਡੀਆਂ ਪਾ ਲਈਆਂ, ਉਪਦੇਸ਼ ਹੈ ਜਿਹੜੇ ਸਟੇਜਾਂ ਪਰ ਉਹਨਾਂ ਦੇ ਵੱਡੇ ਵੱਡੇ ਹੁੰਦੇ ਆ, ਲੱਛੇਦਾਰ ਜਿਹੜੀ ਹੈ ਉਹਨਾਂ ਦੀ ਸਪੀਚ ਹੁੰਦੀ ਹੈ, ਪਰ ਜੇ ਗਰਾਊਂਡ ਜ਼ੀਰੋ ਤੋਂ ਦੇਖਿਆ ਜਾਵੇ ਤਾਂ ਕਿਰਤ ਕਿਤੇ ਮੇਰਾ ਖਿਆਲ ਹੈ ਨੇੜੇ ਤੇੜੇ ਵੀ ਹੁੰਦੀ ਨਹੀਂ। ਇਹਦੇ ਬਾਰੇ ਕੀ ਕਹਿਣਾ ਹੈ? ਮੇਨ ਸਾਡੀ ਗੱਲ ਇਹ ਹੈ, ਜੇ ਤਾਂ ਗੱਲ ਦੇਖੋ ਕਰੋ ਆ ਜਿਹੜੀ ਬਾਬਾਬਾਦ ਹੈ, ਪਖੰਡਬਾਦ ਹੈ, ਮੈਂ ਤਾਂ ਹੀ ਤੁਹਾਨੂੰ ਪਹਿਲਾਂ ਕਿਹਾ ਸੀ ਮੈਨੂੰ ਬਾਬਾ ਨਹੀਂ ਕਹਿਣਾ, ਮੈਨੂੰ ਭਾਈ ਸਾਹਿਬ ਕਹਿਣਾ ਜੀ, ਕਿਉਂਕਿ ਇਹ ਜਿਹੜਾ ਬਾਬਾਬਾਦ ਹੈ ਇਹ ਕੌਮ ਦੇ ਲਈ ਬਹੁਤ ਖਤਰਨਾਕ ਹੈ, ਘਾਤਕ ਹੈ। ਸੋ ਕਈ ਜਗ੍ਹਾ ਅਸੀਂ ਦੇਖਿਆ, ਮੈਂ ਤਾਂ ਇਹਨਾਂ ਦੇ ਵਿੱਚੋਂ ਜਦੋਂ ਤਕਰੀਬਨ 20 ਸਾਲ ਹੋ ਗਏ ਮੈਨੂੰ ਪ੍ਰਚਾਰ ਕਰਦੇ ਨੂੰ, ਇਹ ਜਿਹੜੀ ਲਾਈਨ ਬਾਬਿਆਂ ਵਾਲੀ ਹੈ ਇਹ ਤਾਂ ਮੈਂ ਦੇਖ ਚੁੱਕਾ, ਮੈਨੂੰ ਬਹੁਤ ਚਾਂਸ ਮਿਲੇ, ਪਰ ਅਸੀਂ ਇਸ ਰਾਹ ਤੇ ਤੁਰਨਾ ਨਹੀਂ ਚਾਹੁੰਦੇ, ਕਿਸੇ ਦਾ ਹੱਕ ਮਾਰ ਕੇ ਪੈਸਾ ਇਕੱਠਾ ਕਰਕੇ ਇਹ ਸ਼ਾਨੋ ਸ਼ੌਕਤਾਂ ਲੈਣੀਆਂ, ਲਗਜ਼ਰੀ ਕਾਰਾਂ 'ਚ ਘੁੰਮਣਾ, ਇਹ ਸਾਨੂੰ ਫਿਰ ਇਹਦੇ ਨਾਲ ਤਾਂ ਆ ਜਿਹੜਾ ਗਰੀਬ ਦਾ ਜਿਹੜਾ ਮੰਜਾ ਬਿਸਤਰਾ ਜੋ ਰੱਬ ਨੇ ਦੋ ਟਾਈਮ ਦੀ ਰੋਟੀ ਦਿੱਤੀ ਆ, ਸਾਨੂੰ ਇਹਦੇ ਵਿੱਚ ਸੁੱਖ ਹੈ। ਸਾਨੂੰ ਅੱਜ ਕੱਲ੍ਹ ਦੇ ਏਜੰਟ ਬਣੀ ਬਾਬੇ ਬਹੁਤ ਘੁੰਮ ਕੇ ਹੁੰਦੇ ਆ, ਉਹ ਏਜੰਟੀ ਦੇ ਤੌਰ ਤੇ ਅਸੀਂ ਵਿੱਚ ਰਹਿ ਕੇ ਆਏ ਆ। ਨਹੀਂ ਖੁੱਲ ਕੇ ਦੱਸਿਓ ਵੋ ਕਿਸ ਤਰ੍ਹਾਂ ਵੀ ਖੁੱਲ ਕੇ ਦੱਸਿਓ ਦਰਸ਼ਕਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਨੂੰ ਮੈਂ ਦੇਖਿਆ ਇਸ ਮਾਹੌਲ ਨੂੰ, ਖੁੱਲ ਕੇ ਦੱਸਿਓ ਇਸ ਬਾਰੇ। ਮੇਰਾ ਕਹਿਣਾ ਮਤਲਬ ਇਹ ਚਾਹੁੰਦਾ, ਮੈਂ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਕੀਰਤਨ ਕਰਕੇ ਆਏ ਆ, ਆਊਟ ਆਫ ਸਟੇਟ ਮੈਂ ਸਾਰੀਆਂ ਕਵਰ ਕੀਤੀਆਂ, ਮੈਂ ਸਾਰਾ ਕੁਛ ਦੇਖਿਆ ਹੋਇਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਰਤ ਦੇ ਵਿੱਚ ਜਿਹੜੀ ਪਿਆਰ ਹੈ, ਮੁਹੱਬਤ ਹੈ, ਕਿਰਤ ਦੇ ਵਿੱਚ ਜਿਹੜੇ ਜੀਵਨ ਦਾ ਨਿਰਵਾਹ ਜਦੋਂ ਨਿਕਲਦਾ ਉਹਦੇ ਨਾਲ ਦੀ ਰੀਸ ਨਹੀਂ ਹੈ, ਠੱਗਾਂ ਚੋਰੀਆਂ ਤੇ ਜਿਹੜੇ ਇਹ ਇਹੋ ਜਿਹੇ ਕੰਮ ਕਰਦੇ ਆ, ਇਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਬਹੁਤ ਬਹੁਤ ਲੋੜ ਹੈ। ਏਜੰਟਾਂ ਦੀ ਤੁਸੀਂ ਗੱਲ ਕੀਤੀ ਸੀ, ਗੱਲ ਉਹ ਕੀ ਹੈ? ਉਹ ਏਜੰਟਾਂ ਦੀ ਗੱਲ ਏਦਾਂ ਵੀ ਕਈ ਬਾਬੇ ਬਣ ਕੇ ਏਜੰਟ ਬਣ ਕੇ ਪੈਸਾ ਇਕੱਠੇ ਕਰੀ ਜਾ ਰਹੇ ਆ, ਤੇ ਲੋਕ ਵਿਚਾਰੇ ਬਾਹਰ ਜਾਣ ਦੀ ਇੱਛਾ ਹਰੇਕ ਦੇ ਅੰਦਰ ਹੁੰਦੀ ਹੈ ਵੀ ਅਸੀਂ ਜਾਈਏ, ਅਸੀਂ ਪਤਾ ਨਹੀਂ ਉੱਥੇ ਜਾ ਕੇ ਕੀ ਕਰ ਦੇਣਾ, ਅਸੀਂ ਤਾਂ ਸਾਰਾ ਘੁੰਮ ਕੇ ਆਏ ਹਾਂ ਉੱਧਰ। ਸੋ ਇਸ ਕਰਕੇ ਉਹ ਫਿਰ ਉਸ ਜਿਹੜੀ ਮਾਇਆ ਨੂੰ ਇਕੱਠੇ ਕਰਨ ਦਾ ਪ੍ਰਬੰਧ ਹੁੰਦਾ, ਮੈਂ ਉਹਨਾਂ ਤੋਂ ਗੁਰੇਜ ਕਰਦਾ ਹੁੰਦਾ। ਤੁਹਾਡਾ ਕਹਿਣ ਦਾ ਮਤਲਬ ਫਿਰ
सिख धर्म दे विच एहो जे लोक भी है जेडे एक तरह दा एजेंटी दा काम करदे है कि आप जाना बहाने नाल किसी बंदे नूं ले जाना एहो जे माहौल है वे पैसे इकट्ठे कर लेने इक एदां दा माहौल दी गल करदे हो जी है एदां दी माहौल दी गल जी मैं गल कर रहा हैगा भी बहुत सारे लोग इस लाइन दे विच आके भई एओं भी बाहर जाण दे चांसे दे दे के दुनिया नूं लुट रहे है सानूं उन्हां तों बच के अपनी किरत करन दी हथी किरत करन दी गल होई आ गई ठीक है हथी किरत करो अपने परिवार नूं बड़े चढ़दी कला दे नाल अपनी जिंदगी बतीत करो असीं कर रहे हां बड़े बड़े सुकून है बड़ा आनंद नाल सौंईदा आनंद नाल उठीदा गुरु साहिब दी बड़ी कृपा संगत बुलाउंदी है कीर्तन ते भी जाईदा ठीक है हां जी जिथे संगत बुलाउंदी उथे जाईदा भी है सो इन्हां दा इक ए भी पता लग्या कि आम तौर ते इह किसे नूं कहिंदे नहीं किसे नूं कई बार कई हुंदा ना जिवें आम तौर ते हुंदा वी एने पैसे दे दिओ जां माहौल मैं खुल के गल कर लग्या जिहनूं भेटा आपां कहिंदे आ इह किसे नूं कहिंदे नहीं मजबूर नहीं करदे वी जो जो चलो खर्चा इक जिंदगी दा पार्ट है थोड़ा बहुता गड्डियां दा खर्चा हुंदा होर है ओह जरूरी है पर किते अड़के इहो जिहा माहौल नहीं कदे इन्हां ने पैदा कीता इह खास गल दूजा बाबा जी जिहड़ा है इक किसानी दा मुद्दा जिहड़ा ओह नाल जिहड़ा है चल रिहा है और तुसी खुद किसान हो और किसानी कर रहे हो उहदे बारे दो कलाइना दे विच क्योंकि पंजाब जिहड़ी केंद्र सरकार है हुण तक अड़ी होई है हुण तक माहौल यह है लगदा नहीं भी किसे कंडे लगदा गल इहदे बारे थोड़ा की कहना तुसी जाके आए हो जां की है दो थोड़े शब्द च गल मुका दिओ जाना तां असीं सब ने है क्योंकि असीं किसान आ असीं पहलां भी बहुत बार दिल्ली जाके आए हां असीं अपने दीवाना दे विच भी किसानी संघर्ष दे बड़ा डट के बोले हां मैं हुण भी हमेशा डट के बोलदा पर इह किसानी संघर्ष इक तां सानूं किरतियां नूं सरकारां ने मारिया होया ते इह साडे हक अगर असीं सच दे नाल हक दे नाल किरत करदे हां ते साडी किरत नूं भी सरकारां दब रहीआं हुण जिहड़ा तिन काले कानून लिआंदे ते इह बहुत ही घातक है ते अज पंजाब इहनां कानूनां दी लड़ाई लड़ रिहा है सो असीं गए हां सो दिल्ली संघर्ष है ओह जिंदाबाद है उहनें जिंदाबाद ही रहिणा अरदास करदे हां हर रोज वी इह किसानी संघर्ष जित के अपनी अबरूहां ते जरूर आवेगा ते लास्ट हुण तुसीं संगत नूं इक तरह कह लो जां माफ करना संगत शब्द ने जिहड़े दर्शक है उहनां नूं कोई संदेश किसे तरह दा की देणा चाहोगे ओह जरूर गल करिओ प्लीज़ संदेश बारे संदेश तां मेरा यही है सारिआं नूं कि गुरु नानक साहब दा जिहड़ा फलसफा है किरत करनी नाम जपना वंड के छकना सानूं उस फलसफे दे धारनी होना चाहीदा सारे नौजवानां नूं जागना चाहीदा अपने अधिकारां दे लई सारे नौजवान नशियां दा त्याग करन कराहे पए होए उह मुड़ के अपने घरां नूं आउण ते नाम जपण क्योंकि जे किरत करन हथी आले दुआले ना देखण लोकां दे वल वी कोई साडा बेड़ा पार कर दूंगा खुद किरत करो जदों खुद तुसीं किरत करोगे तां अपने आप तुहाडा नाम जपण नूं मन करेगा जदों तुसीं अपने आप नाम जपोगे ते फिर ते वंड छकण नूं भी आपे ही मन कर जांदा हुंदा ते बाबा जी इक रब दे घर दे दो बोल है ओह भी सुणा दिओ जरूर दर्शकां नूं तां कि वाकिआ इक जिहड़े दर्शकां नूं नहीं पता जसवीर सिंह खालसा जी बुज बारे नहीं जानते पंजाब के लोग उन्होंने भी पता लगे थोड़े कथावाचक है तुसी कीर्तनी है बड़े और दो बोल है जो रब दे घर दे जरूर सुना दिओ प्लीज देखो धर्मसाल तड़बई बसेंदे ठाकर द्वारे ठग बिच मसीता रहन कसाई आशक रहन अलग आहो ये तो तुसी गल्ला हुण होर ही छेड़ लिया क्योंकि फिर गल लंबी चल जाती गल सारा मन का मसला है मन जिहड़ा मन सानू साढ़े सतगुरु तो दूर लैके आ ओह तो दूर होण करके अज दुखियां दर दर दियां ठोकरां खा रही है दुनिया कोई तन दुखी कोई मन दुखी कोई चिंता चित उदास थोड़े थोड़े सब दुखी एक सुखी हरी का दास गल मन दी आ मन नू गुरु कोल ला दो ओह किवें लगेगा अरदास करिए केड़ी गुरु किरपा करियो जी ए मन नहीं मन दा मेरा कहना गुरु किरपा करियो जी ए मन नहीं मन दा मेरा कहना चोरा ते ठगा नाल चोरा ते ठगा नाल इस दा हो गया उठना बैना गुरु किरपा करियो जी ए मन नहीं मन दा मेरा कहना सत संगत करदा ना
ना उठदा अमृत वेले सत संगत कर दाना, ना उठदा अमृत वेले छड नाम वाहिगुरु दा हो, छड नाम वाहिगुरु दा कठे कर दा रुपये तेले, छड नाम वाहिगुरु दा कठे कर दा रुपये पे तेले। इनु समझ उदो आनी, इनु पता उदो लगना, इनु समझ उदो आनी, इनु पता उदो लगना, इनु पता उदो लगना, झूठा बुरज इस दा टैणा, गुर किरपा करियो जी, हे मन नहीं मनदा मेरा कहना, गुरु किरपा करियो जी, ए मन नहीं मनदा मेरा कहना। ए देखो, ए सन जसवीर सिंह जी खालसा श्री आनंदपुर साहब बुरज वाले, जिन्हां दा दे नाल इंटरव्यू जिन्हां दी कीती है। सो बाबा जी तुहाडा बहुत बहुत धन्नवाद, तुहाडा एक कीमती समा लिया। सो परमात्मा चढ़दी कला दे विच रखे तुहानू, ते दर्शक है जिहड़े ओह भी जिहड़े है वध तों वध तुहानू प्यार करन, मुहब्बत करन, मालक कृपा करे। सो बहुत मेहरबानी। ते इक गल असीं तुहानू कहना चाहुंदे, असीं भी सच पंजाब दे वेहड़े नूं साडे वेहड़े विच आया, क्योंकि सच पंजाब दा भी इक वेहड़ा है। सो ये वेहड़ा साडे वेहड़े च आया, सच पंजाब दा टीवी साडे घर आया, साडे वेहड़े च आया, असीं तुहानू भी सतगुरु कृपा करे। तुसीं बहुत वधिया पत्रकारी कर रहे हो, महाराज तुहानू चढ़दी कला च। सो बहुत मेहरबानी, धन्नवाद जी। सो तुसीं देख रहे सी सच पंजाब दा टीवी। सो मिस्टर निर्मल जी दे नाल कमल जी सैनी, श्री आनंदपुर साहब।